ਦੇਖੋ ਇਹ ਮੀਟਿੰਗਾਂ ਜਿਹੜੀਆਂ ਹੁੰਦੀਆਂ ਜਿਹੜੀ ਤਾਂ ਮੈਂ ਪਹਿਲਾਂ ਇੱਥੇ ਆਇਆ ਸਾਂ ਕਾਕਾ ਥੋੜ੍ਹਾ ਜਿਹਾ ਪਿੱਛੇ ਇਹ ਮੈਂ ਹਰ ਮਹੀਨੇ ਚਾਰ ਦਿਨ ਚੰਡੀਗੜ੍ਹ ਦਫ਼ਤਰ 'ਚ ਆਉਂਦਾ ਪਹਿਲੀ ਅਤੇ ਦੋ ਅਤੇ 16 ਅਤੇ 17 ਉਹ ਇਹੀ ਹੁੰਦਾ ਹੈ ਕਿ ਪੰਜਾਬ ਦੇ ਕੋਈ ਵਰਕਰ ਜਾਂ ਕੋਈ ਕਿਸੇ ਦੀ ਪੰਚਾਇਤ ਜਾਂ ਹੋਰ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਜੋ ਕੁਛ ਵੀ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹ ਕਰਨੀ ਹੁੰਦੀ ਹੈ ਅਤੇ ਕਈ ਲੋਕਾਂ ਨੂੰ ਤਕਲੀਫ ਹੁੰਦੀ ਹੈ ਅਤੇ ਉਹ ਉਹਨਾਂ ਦਾ ਆਖ ਉਖ ਕੇ ਸਵਾਰਨ ਦੀ ਕੋਸ਼ਿਸ਼ ਕਰਦੇ ਹਾਂ ਇਹਦਾ ਕੋਈ ਹੋਰ ਮਤਲਬ ਕੋਈ ਫੈਸਲੇ ਲੈਣ ਦਾ ਮਤਲਬ ਨਹੀਂ ਫੈਸਲੇ ਤਾਂ ਜਿਹੜੇ ਹੁੰਦੇ ਆ ਉਹ ਕੋਰ ਕਮੇਟੀ 'ਚ ਹੁੰਦੇ ਆ ਅੱਛਾ ਦੂਸਰਾ ਇਹ ਬੀਬੀਆਂ ਦੀ ਅੱਜ ਮੀਟਿੰਗ ਸੀ ਕੁਦਰਤੀ ਅਤੇ ਇਹਨਾਂ ਨੇ ਸਾਰੀ ਰੱਖੀ ਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜੀ ਅਤੇ ਲੱਕੀਲੀ ਮੈਂ ਵੀ ਇੱਥੇ ਸਾਂ ਅਤੇ ਫਿਰ ਮੈਨੂੰ ਇਹ ਮੌਕਾ ਮਿਲ ਗਿਆ ਇਹਨਾਂ ਦੇ ਮੈਨੂੰ ਦਰਸ਼ਨ ਕਰਨ ਦਾ ਅਤੇ ਮੈਂ ਇਹੀ ਚਾਹੁੰਦਾ ਕਿ ਬੀਬੀਆਂ ਜਿਹੜੀਆਂ ਉਹ ਤਿੰਨ ਡਿਊਟੀਆਂ ਤਿੰਨ ਚਾਰ ਡਿਊਟੀਆਂ ਇੱਕ ਤਾਂ ਘਰ ਦੀ ਤਾਂ ਡਿਊਟੀ ਹੁੰਦੀ ਹੈ ਦੂਜਾ ਜੋ ਸਿੱਖ ਬੱਚੇ ਪਤਿਤ ਹੋ ਰਹੇ ਹੈ ਉਹ ਮਾਂ ਬਾਪ ਉਹਦਾ ਉਹਦੇ ਉੱਤੇ ਜ਼ਿਆਦਾ ਕਰ ਸਕਦੇ ਆਪਾਂ ਕਦੇ ਗੌਰਮੈਂਟਾਂ ਨੂੰ ਆਖ ਦਿੰਦੇ ਹਾਂ ਕਦੇ ਕਿਸੇ ਨੂੰ ਆਖ ਦਿੰਦੇ ਹੋ ਪਰ ਜਿਹੜਾ ਸ਼ੁਰੂ 'ਚੋਂ ਹੀ 5-7 ਸਾਲ ਦੇ ਬੱਚੇ ਹੁੰਦੇ ਜਦੋਂ ਜਿਹੜੇ ਕਿ ਕੰਪਲੀਟਲੀ ਮਾਂ ਬਾਪ ਦੇ ਕੰਟਰੋਲ 'ਚ ਹੁੰਦੇ ਉਦੋਂ ਤਾਂ ਕੋਈ ਇਹੋ ਜਿਹੀ ਨਾ ਵੱਡਿਆਂ ਨੂੰ ਤਾਂ ਮਾਂ ਬਾਪ ਡਰਦੇ ਆ ਕੁਛ ਆਖ ਨਹੀਂ ਸਕਦੇ ਅਤੇ ਉਹ ਵੀ ਤੁਸੀਂ ਰੱਖੋ ਵੀ ਉਹਨਾਂ ਨੂੰ ਸਾਫ ਸੁਥ ਰਹਿਣ ਜਿਵੇਂ ਗੁਰੂ ਸਾਨੂੰ ਗੁਰੂ ਸਾਹਿਬਾਨ ਨੇ ਦੱਸਿਆ ਔਰ ਮੈਂ ਇਹ ਵੀ ਕਹਿੰਦਾ ਕਿ ਹਰ ਧਰਮ ਸਾਡੇ ਵਾਸਤੇ ਸਤਿਕਾਰਯੋਗ ਹੈ ਕੋਈ ਵੀ ਧਰਮ ਹੈ ਉਹ ਆਪਣੇ ਜੋ ਉਹਨਾਂ ਨੂੰ ਦੱਸਿਆ ਗਿਆ ਉਹਦੇ 'ਚ ਰਹਿਣ ਅਤੇ ਦੂਸਰਿਆਂ ਦਾ ਸਤਿਕਾਰ ਕਰਨ ਅਤੇ ਹੋਰ ਸਮਾਜਿਕ ਕੰਮ ਵੀ ਕਰਨ ਧਾਰਮਿਕ ਕੰਮ ਵੀ ਕਰਨ ਸਿਆਸੀ ਕੰਮ ਵੀ ਕਰਨ ਮਨਪ੍ਰੀਤ ਬਾਦਲ ਨੇ ਕੱਲ੍ਹ ਜਿਹੜਾ ਕੇਂਦਰ ਦਾ ਬਜਟ ਆਇਆ ਉਸ ਨੂੰ ਲੈ ਕੇ ਕਿਹਾ ਕਿ ਪੰਜਾਬ ਲਈ ਇਸ ਬਜਟ ਦੇ ਵਿੱਚ ਕੁਛ ਨਹੀਂ ਕੀਤਾ ਦੂਜੀ ਤਰਫ ਜਿਹੜਾ ਸੈਸ ਘਟਾਇਆ ਪੈਟਰੋਲ ਦੇ ਬੇਸਿਕ ਦੇ ਉੱਪਰ ਅਤੇ ਉਹਦੇ ਵਿੱਚ ਕਿੱਥੇ ਨਾ ਕਿੱਥੇ ਪੰਜਾਬ ਨੂੰ 1,000 ਕਰੋੜ ਦਾ ਨੁਕਸਾਨ ਵੀ ਹੋਣ ਵਾਲਾ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਪਹਿਲਾਂ ਕੇਂਦਰ ਦੇ ਬਜਟ ਨੂੰ ਔਰ ਮਨਪ੍ਰੀਤ ਬਾਦਲ ਦੇ ਬਿਆਨ ਨੂੰ ਵੇਖੋ ਕੇਂਦਰ ਦਾ ਬਜਟ ਆਉਣ ਦੀ ਹੋਰ ਸਾਰੇ ਜਿਹੜੇ ਇੰਪੋਰਟੈਂਟ ਇਸ਼ੂਜ਼ ਹਨ ਜਿਵੇਂ ਪਹਿਲਾਂ ਤਾਂ ਸਾਡਾ ਕਿਸਾਨੀ ਦਾ ਮਸਲਾ ਹੈ ਸਾਰੇ ਪੰਜਾਬ ਦਾ ਫਿਰ ਹੈਲਥ ਦਾ ਹੈ ਫਿਰ ਐਜੂਕੇਸ਼ਨ ਦਾ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਸਾਰੇ ਮਸਲੇ ਹੈ ਉਹ ਕਾਫੀ ਚੰਗੇ ਤਰੀਕੇ ਦੇ ਨਾਲ ਉਹਨਾਂ ਨੇ ਟੈਕਲ ਕੀਤੇ ਹੈ ਕਿਸਾਨ ਦਾ ਸਭ ਤੋਂ ਵੱਡਾ ਮਸਲਾ ਜੋ ਅੱਜ ਤੱਕ ਰਿਹਾ ਜਾਂ ਹੈ ਉਹ ਇਹ ਹੈ ਕਿ ਖਰਚਾ ਜਿਹੜਾ ਹੈ ਉਹ ਜ਼ਿਆਦਾ ਫਸਲ 'ਤੇ ਹੁੰਦਾ ਹੈ ਆਮਦਨ ਘੱਟ ਹੁੰਦੀ ਅਤੇ ਇਸ ਕਰਕੇ ਉਹ ਕਰਜ਼ੇ ਹੀ ਹੋ ਗਏ ਹੁਣ ਇਹਨਾਂ ਨੇ ਬਜਟ 'ਚ ਇੱਕ ਕਿਸਮ ਦਾ ਵਿਸ਼ਵਾਸ ਦਵਾਇਆ ਕਿ ਜਿੰਨਾ ਖਰਚ ਹੋਏਗਾ ਉਹਦਾ ਡੇਢਾ ਮਤਲਬ 50% ਪ੍ਰੋਫਿਟ ਦਿੱਤਾ ਜਾਏਗਾ ਜੇ ਹੋ ਜਾਏ ਤਾਂ ਇਹਦੇ ਨਾਲ ਕਿਸਾਨੀ ਬਚ ਸਕਦੀ ਹੈ ਵੱਡੀ ਗੱਲ ਤਾਂ ਜਿਹਦੇ ਅਦੇ ਘਰ ਦਾਣੇ ਉਹਦੇ ਕਮੜੇ ਵੀ ਸਿਆਣੇ ਇਹ ਜੇ ਠੀਕ ਹੋ ਜਾਏ ਕਿੰਨਾ ਹੁੰਦਾ ਉਹ ਤਾਂ ਕਹਾਂਗਾ ਪਤਾ ਲੱਗੂ ਲੇਕਿਨ ਇਹ ਫੈਸਲਾ ਬੜਾ ਹੀ ਚੰਗਾ ਹੈ ਦੂਜੀ ਤਰਫ ਕੈਪਟਨ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਕੈਪਟਨ ਸਰਕਾਰ ਇਹ ਕਹਿ ਰਹੀ ਹੈ ਕਿ ਉਹਨਾਂ ਨੇ ਜਿਹੜਾ ਕਰਜ਼ੇ ਮਾਫੀ ਦਾ ਵਾਅਦਾ ਕੀਤਾ ਸੀ ਉਹਦੇ ਵਿੱਚ ਹੁਣ ਕਿਸਾਨ ਜਿਹੜੇ ਆ ਉਹ ਸ਼ਪਥ ਪੱਤਰ ਦੇਣ ਕਿ ਉਹ ਉਸ ਕਿਸਾਨ ਮਾਫੀ ਦੀ ਲਿਸਟ ਦੇ ਵਿੱਚ ਸ਼ਾਮਿਲ ਹੁੰਦੇ ਆ ਜਾਂ ਉਸ ਦਾਇਰੇ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦਾ ਕਰਜ਼ ਮਾਫ ਹੋਏਗਾ ਔਰ ਕਹਿੰਦੇ ਜਦੋਂ ਤੱਕ ਇਹ ਹਲਫਨਾਮੇ ਸਾਡੇ ਕੋਲ ਨਹੀਂ ਆਉਂਦੇ ਤਦ ਤੱਕ ਆਪਾਂ ਕਰਜ਼ ਜਿਹੜਾ ਉਹ ਮਾਫ ਨਹੀਂ ਕਰ ਪਾਵਾਂਗੇ ਉਹ ਦਰਅਸਲ ਹੈ ਜੀ ਉਹਨਾਂ ਨੇ ਕਰਨਾ ਹੀ ਨਹੀਂ ਹਲਫਨਾਮਾ ਜਦੋਂ ਉਹਨਾਂ ਨੇ ਕਿਹਾ ਸੀ ਕਈ ਸਟੇਟਾਂ ਨੇ ਕੀਤਾ ਉਹਨਾਂ ਨੇ ਨਾ ਤਾਂ ਹਲਫਨਾਮਾ ਮੰਗਿਆ ਨਾ ਕੀਤਾ ਹੈ ਰਿਕਾਰਡ ਉਹਨਾਂ ਕੋਲ ਹੈ ਇੱਕ ਕਲਮ ਨਾਲ ਹੀ ਕਰਤਾ ਉਹਨਾਂ ਨੇ ਕੈਬਨਿਟ 'ਚ ਫੈਸਲਾ ਕਰਤਾ ਇਹ ਕੋਈ ਨਾ ਕੋਈ ਨਵੀਂ ਗੱਲ ਕਰਦੇ ਕਦੇ ਆਦੇ ਥੋੜ੍ਹੇ 2 ਏਕੜਾਂ ਨੂੰ ਦਿਆਂਗੇ ਕਦੇ ਆਦੇ ਹਲਫਨਾਮਾ ਦਿਓ ਕਦੇ ਆਹ ਦਿਓ ਇਹ ਦੇਣਾ ਨਹੀਂ ਇਹਨਾਂ ਨੇ ਇਵੇਂ ਲੰਮਾ ਪਾਈ ਜਾਣਗੇ ਵੀ 5 ਸਾਲ ਟੱਪ ਜਾਣ ਉਹ ਜਿਵੇਂ ਤੁਸੀਂ ਤਾਂ ਵੇਖਿਆ ਨਹੀਂ ਹੋਣਾ ਉੱਠ ਵੇਖਿਆ ਕਦੇ ਨਹੀਂ ਵੇਖਿਆ ਉਹ ਉਹਦੇ ਬੁੱਲ ਲਮਕਦੇ ਹੁੰਦੇ ਗਿੱਦੜੇ ਦਾ ਵੀ ਹੁਣ ਡਿੱਗਿਆ ਤਾਂ ਮੈਂ ਖਾਧਾ ਉਹ ਉੱਠਦੇ ਬੋਲਾਂ ਨੂੰ ਇਹ ਲਮਕਾਈ ਜਾਣਾ ਇਹਨਾਂ ਨੇ ਦੇਣਾ ਦੇਣਾ ਕੋਈ ਇਹ ਹੁਣ ਤਾਂ ਆਪ ਹੀ ਇਹਨਾਂ ਨੇ ਜਵਾਬ ਦਿੱਤਾ ਅਮਰਿੰਦਰ ਸਿੰਘ ਨੇ ਵੀ ਜਵਾਬ ਦਿੱਤਾ ਵੀ ਸਾਡੀ ਮਜਬੂਰੀ ਅਸੀਂ ਨਹੀਂ ਦੇ ਸਕਦੇ ਇੱਕ ਵਾਰ ਫਿਰ ਸਰਕਾਰੀ ਮੁਲਾਜ਼ਮ ਜਿਹੜੇ ਆ ਉਹਨਾਂ ਦੀ ਸੈਲਰੀ ਦੇ ਵਿੱਚ ਦੇਰੀ ਹੋ ਰਹੀ ਹੈ
ਏ ਔਰ ਬੀ ਕੈਟਾਗਰੀ ਦੀ ਜਿਹੜੀ ਤਨਖਾਹਾਂ ਉਹ ਕਹਿ ਰਹੇ ਕਿ 20 ਤਰੀਕ ਤੋਂ ਬਾਅਦ ਦਿੱਤੀਆਂ ਜਾਣਗੀਆਂ, ਜਿਹੜੀ ਸੀ ਔਰ ਡੀ ਕੈਟਾਗਰੀ ਦੀ ਕੈਟਾਗਰੀ ਤਨਖਾਹਾਂ ਉਹ 15 ਤਰੀਕ ਤੱਕ ਦੇਣ ਦੀ ਗੱਲ ਕਰ ਰਹੇ ਹਾਂ। ਸਿੱਧੇ ਤੌਰ 'ਤੇ ਕਹਿ ਰਹੇ ਹਾਂ ਕਿ ਵਿੱਤੀ ਵਰਤ ਹੈ, ਇਸ ਕਰਕੇ ਤਨਖਾਹਾਂ ਜਿਹੜੀਆਂ ਲੇਟ ਹੋ ਰਹੀਆਂ। ਤੁਹਾਡੀ ਸਰਕਾਰ ਵੀ ਰਹੀ ਹੈ 10 ਸਾਲ, ਕਿਤੇ ਨਾ ਕਿਤੇ ਇਹ ਮਾਹੌਲ ਨਹੀਂ ਦੇਖਣ ਨੂੰ ਮਿਲਿਆ ਸੀ ਜਿਹੜਾ ਹੁਣ ਹੋ ਰਿਹਾ। ਦੇਖੋ, ਕਦੇ ਮੇਰਾ ਖਿਆਲ ਹੈ 1 ਮਹੀਨਾ ਨਹੀਂ ਹੋਇਆ ਜਿੰਨਾ ਅਸੀਂ ਇੰਨੇ ਚਿਰ 20 ਸਾਲ ਤੋਂ ਹੁਣ ਕੱਟਾ ਹੀ 10 ਸਾਲ ਕੀਤੇ ਹੈ ਪਹਿਲਾਂ ਵੀ। ਸਭ ਤੋਂ ਪਹਿਲਾਂ ਹਰ ਸਰਕਾਰ ਇਹ ਕਰਦੀ ਹੈ ਕਿ ਆਪਦੇ ਮੁਲਾਜ਼ਮਾਂ ਨੂੰ ਤਨਖਾਹ ਟਾਈਮ ਸਿਰ ਦੇਵੇ, ਔਰ ਉਹ ਵੀ ਦਿੱਤਾ ਔਰ ਕਰੋੜਾਂ ਰੁਪਈਏ, ਮਤਲਬ ਕਰੋੜਾਂ ਤਾਂ ਮਤਲਬ ਨਾ ਹੈ, ਇੱਕ ਇੱਕ ਪਿੰਡ 'ਚ ਖਰਚ ਕੀਤੇ ਹੈ। ਉਦੋਂ ਵੀ ਇਹਦੇ ਹੁੰਦੇ ਸਨ ਖਜ਼ਾਨਾ ਖਾਲੀ ਹੈ, ਅਤੇ ਅਸੀਂ ਤਾਂ ਤੁਸੀਂ ਦੇਖ ਲਓ 300-400 ਕਰੋੜ ਰੁਪਏ ਲਾ ਕੇ ਯਾਦਗਾਰਾਂ ਜਿਹੜੀਆਂ ਬਹੁਤ ਅਹਿਮ ਹਨ, ਭਾਵੇਂ ਜੰਗੇ ਆਜ਼ਾਦੀ ਦੀ ਯਾਦਗਾਰ ਹੈ, ਭਾਵੇਂ ਵਾਰ ਮੈਮੋਰੀਅਲ ਹੈ, ਧਾਰਮਿਕ ਤੌਰ 'ਤੇ ਗੁਰੂ ਰਵਿਦਾਸ ਜੀ ਦੀ, ਭਗਵਾਨ ਵਾਲਮੀਕਿ ਜੀ ਦੀ, ਇਸ ਤਰ੍ਹਾਂ ਹੋਰ ਬੜੀਆਂ ਹੈਰੀਟੇਜ ਅਨੰਦਪੁਰ ਸਾਹਿਬ ਜਾਂਦੀਆਂ ਜਾ ਜਿਹੜੀਆਂ ਅੱਜ ਤੱਕ ਕਦੇ ਕਿਸੇ ਨੇ ਨਹੀਂ ਬਣਾਈਆਂ। ਮਤਲਬ ਹਿਸਟਰੀ ਜਦੋਂ ਦੀ ਸ਼ੁਰੂ ਹੋਈ ਹੈ ਮਨੁੱਖਤਾ ਦੀ, ਉਦੋਂ ਬਾਅਦ ਜੇ ਯਾਦਗਾਰਾਂ ਬਣੀਆਂ ਵੱਡੀਆਂ ਤਾਂ ਉਦੋਂ ਸਾਸੀ ਬਣਾਈ। ਹੁਣ ਇਹ ਆਪਦੇ ਇਹ ਸਫੈਦ ਆਤੀ ਹੈ, ਇਹ ਤਾਂ ਸੋਚ ਹੁੰਦੀ ਹੈ ਜੀ ਆਪਣੀ, ਇਹਨਾਂ ਦੀ ਸੋਚ ਨਹੀਂ ਠੀਕ। ਜਦੋਂ ਸੋਚ ਠੀਕ ਨਾ ਹੋਵੇ ਤਾਂ ਉੱਥੇ ਕੰਮ ਨਹੀਂ ਕਰ ਸਕਦੇ। ਸਾਨੂੰ ਇਹ ਲਗਨ ਸੀ, ਸਾਨੂੰ ਲੋਕਾਂ ਨਾਲ ਵੀ, ਅਸੀਂ ਜੇ ਕਹਿ ਤਾ ਬਿਜਲੀ ਦਾ ਬਿੱਲ ਨਹੀਂ ਲੈਣਾ ਤਾਂ ਫਿਰ ਐਂ ਨਹੀਂ ਵੀ ਵਟ ਐਂਡ ਨਾਟ ਕੋਈ ਆਹ ਕਰੀ ਜੀ, ਹੁਣ ਤੁਸੀਂ ਹਲਫਨਾਮਾ ਦਿਓ ਜੀ। ਹੁਣ ਉੱਥੇ ਆਪਦੇ ਤਜਰਬਾ ਕਰ ਰਿਹਾ ਕਿ ਸਾਰਿਆਂ ਨੂੰ ਮੀਟਰ ਲਾਓ, ਮੀਟਰ ਇਹ ਹੌਲੀ ਹੌਲੀ ਸਾਰਿਆਂ ਦੇ ਮੀਟਰ ਲਾ ਕੇ ਪੈਸੇ ਲੈਣਾ ਚਾਹੁੰਦੇ। ਇਹ ਕੋਈ ਗੱਲ ਨਹੀਂ ਜਿਹੜੀ ਪਬਲਿਕ ਨਾਲ ਫਾਇਦਾ ਕੀ। ਅਖੀਰ 'ਚ ਮੈਂ ਇਹ ਕਹਾਂਗਾ ਕਿ ਜਿਹੜਾ ਬਜਟ 'ਚ ਕੋਈ ਸਰਕਾਰ ਕਹਿ ਦੇ ਜਾਂ ਮੈਨੀਫੈਸਟੋ ਲਿਖ ਕੇ ਦੇ ਦੇ, ਜੇ ਉਹ ਸਰਕਾਰ ਉਹ ਗੱਲਾਂ ਨਾ ਕਰੇ ਤਾਂ ਉਹ ਸਰਕਾਰ ਨੂੰ ਡਿਸਮਿਸ ਕਰਨਾ ਚਾਹੀਦਾ, ਭਾਵੇਂ ਸੈਂਟਰ ਦੀ ਹੋਵੇ ਭਾਵੇਂ ਸੂਬੇ, ਇਹ ਕਾਨੂੰਨ ਬਣਨਾ ਚਾਹੀਦਾ। ਬਿਲਕੁਲ ਸਾਹਿਬ, ਆਖਰੀ ਸਵਾਲ, ਗੈਂਗਸਟਰਸ ਨੂੰ ਲੈ ਕੇ ਇਨ ਦਿਨੋਂ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਗਰਮਾਈ ਦੀ ਹੈ, ਵਿੱਕੀ ਕੌਂਡਰ ਦਾ ਐਨਕਾਊਂਟਰ ਹੋ ਚੁੱਕਿਆ, ਇਸ ਤੋਂ ਇਲਾਵਾ ਕੁਛ ਹੋਰ ਗੈਂਗਸਟਰ ਹੈ ਜਿਹਨਾਂ ਦਾ ਐਨਕਾਊਂਟਰ ਤਾਂ ਹੋ ਚੁੱਕਿਆ ਔਰ ਕੁਛ ਸਰੈਂਡਰ ਵੀ ਕਰ ਚੁੱਕਿਆ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੁਲਿਸ ਜਿਹੜੀ ਕਾਰਵਾਈ ਹੈ ਉਹ ਸਹੀ ਕਰ ਰਹੀ ਹੈ, ਔਰ ਜਿੱਦਾਂ ਦੇ ਹੁਣ STF ਦਾ ਗਠਨ ਕੀਤਾ ਗਿਆ ਜਾਂ ਹੋਰ ਕਈ ਐਸੀ ਫੋਰਸਾਂ ਬਣਾਈਆਂ ਗਈਆਂ ਜਿਹੜੀ ਗੈਂਗਸਟਰ ਨੂੰ ਔਰ ਨਸ਼ੇ ਤਸਕਰੀ ਨੂੰ ਰੋਕ ਲਗਾਉਣ ਲਈ ਸਕਸ਼ਮ ਨੇ, ਇਹ ਸਾਰੇ ਕਾਰਜ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ? ਵੇਖੋ ਜੀ, ਜੇ ਰਿਜ਼ਲਟ ਜਦੋਂ ਸਾਹਮਣੇ ਆਏਗਾ, ਅਸੀਂ ਕਿਸੇ ਨੂੰ ਮਾੜਾ ਨਹੀਂ ਆਉਂਦੇ। ਮੈਂ ਤਾਂ ਕਦੇ ਕਿਸੇ ਨੂੰ ਨਿੰਦਿਆ ਨਾ ਸਰਕਾਰ ਦੀ ਨਿੰਦਿਆ ਕੀਤੀ ਹੈ ਨਾ ਕਿਸੇ ਹੋਰ ਦੀ ਨਿੰਦਿਆ ਕੀਤੀ ਹੈ। ਰਿਜ਼ਲਟ ਜਿਹੜਾ ਹੈ ਉਹ ਦੱਸਣਗੇ, ਅਤੇ ਜਿਵੇਂ ਹੁਣ ਬਜਟ ਦਾ ਰਿਜ਼ਲਟ ਲੋਕ ਦੱਸਣਗੇ, ਇਹ ਰਿਜ਼ਲਟ ਵੀ ਲੋਕ ਦੱਸਣਗੇ। ਲਾਅ ਐਂਡ ਆਰਡਰ ਸਭ ਤੋਂ ਪ੍ਰਾਇਰਟੀ ਚੀਜ਼ ਹੈ, ਜਾਨ ਮਾਲ ਦੀ ਹਿਫਾਜ਼ਤ ਕਰਨਾ ਇਹ ਸਰਕਾਰ ਹਰ ਲੋਕ ਚਾਹੁੰਦਾ ਵੀ ਪਹਿਲਾਂ ਜਾਨ ਮਾਲ ਦੀ ਹਿਫਾਜ਼ਤ ਹੋਵੇ, ਉਹ ਇਹਨਾਂ ਨੂੰ ਅਸ਼ੋਰ ਕਰਨਾ ਚਾਹੀਦਾ। ਚੰਗਾ।